झूठ ना बोलिए, झूठ ना बोलिए। झूठ ना बोलिए, झूठ ना बोलिए, बोलिए सच धर्म, बोलिए सच धर्म। झूठ ना बोलिए, झूठ ना सच धर्म। झूठ ना बोलिए, झूठ ना बोलिए। झूठ ना बोलिए, जो गुरद से वाट मुरीदां डोलिए। बोलिए सच धर्म, बोलिए सच धर्म। झूठ ना कलवत चीरिया। शेके आती जग ना कोई थिर रहा, जिस आसन हम बैठे के ते बैस गया। बोलिए सच धर्म, बोलिए
सच धर्म झूठ ना बोलिए, झूठ ना बोलिए। कत्तक कूदा चेत ढाओ, सावन बिजलियां सियाले सोहंदियां, पिर गल बाहड़ियां चले चलन हार, बिचारा ले मनु गडंदियां शेमा, तुड़ंदियां हिक खिनु जीमी पुछे असमान फरीदा, खेवट किन गए झालण गौरा नाल, उलामी जी सहे झूठ ना बोलिए, झूठ ना बोलिए। बोलिए सच धर्म झूठ ना बोलिए, गुरु ग्रंथ साहिब जी कह रहे, क्योंकि गुरमत विच झूठ बोलण दी मनाही है। जे असी झूठ बोलते हाँ तो दादा जी नू चंगे नहीं लगते। प्यारे हो फिरते सतगुरां दी खुशी लैण लई सानू सच बोलना पवेगा। कोई भी धर्म झूठ बोलण दी आग्या नहीं देता। झूठ एक ऐसा जाल है जिस विच एक बार मनुख फस जाए, एक झूठ दे नाल किन्ने झूठ बार बार झूठ बोलता है। ते गुरु ग्रंथ साहिब जी की कहंदे ने, कहंदे ने बड़ा बड़ा पाप है मनुख झूठ बोलता है। जहां ज्ञान तै धर्म है, जहां झूठ तै पाप, क्योंकि सारे पाप झूठ तो शुरू होंदे ने। धन गुरु अर्जन देव महाराज बहुत सारियां संगतां नू उपदेश कर रहे ने। की कहंदे ने इतिहास दे बोल, श्री मुख ते शुभ बाक उचारा, त्याग्यो झूठ क्रोध हंकारा। झूठ समान पाप नहीं कोई, नहीं झूठ ते शुभगत होई। कल को कूर करे अगवानी, कूर वैकारन की राजधानी। ये जेड़ा झूठ है ना, सतगुरु कहंदे सिखो ये सारे पापां दी राजधानी है। पाप झूठ तो शुरू होंदा है, इसलिए झूठ ना बोलिया करो। एक गुरसिख उठ के खलोता है, भाई चूड़ इसका नाम है, सूरज प्रकाश का इतिहास है। महाराज मैं पिंड का चौधरी हाँ, पिंड विच कई बार झगड़े लड़ाइयां हो जाते ने, फैसले करांदियां कई बार झूठ बोलना पैंदा है। सतगुरु कहन लगे भाई चूड़ झूठ बोल के कराए फैसले फैसले नहीं हुंदे, एते एमें थोड़ी देर दा नवेड़ा ए सच निकलदा ए, झगड़ा फेर पै जांदा है। आ देखिया ए ना, बचोला दो परिवारां दे रिश्ते करांदा ए,
ਵਿੱਚ ਝੂਠ ਬੋਲ ਦਿੰਦਾ ਏ, ਜਿੱਦਣ ਸੱਚ ਨਿਕਲਦਾ ਏ ਤੇ ਝਗੜਾ ਪੈ ਜਾਂਦਾ ਹੈ। ਝੂਠ ਨਾ ਬੋਲਿਆ ਕਰ। ਕਹਿਣ ਲੱਗਾ ਮਹਾਰਾਜ, ਆਦਤ ਬਣ ਗਈ ਇਹ ਗੱਲ ਕਰਦਿਆਂ ਕਰਦਿਆਂ ਝੂਠ ਕਹਿ ਹੀ ਹੋ ਜਾਂਦਾ ਹੈ। ਤੁਸੀਂ ਕਿਰਪਾ ਕਰੋ, ਮੈਂ ਸੱਚ ਬੋਲਿਆ ਕਰਾਂ। ਤੁਸਾਂ ਬੜੀ ਕਿਰਪਾ ਕੀਤੀ ਏ, ਸਾਰੇ ਸੁੱਖ ਕੋਲ ਨੇ, ਪਿੰਡ ਦਾ ਚੌਧਰੀ ਵੀ ਹਾਂ ਮਹਾਰਾਜ, ਫਿਰ ਵੀ ਤੁਹਾਡੇ ਬਚਨ ਨਾ ਮੰਨਾਂ। ਮੇਰੇ ਮਨ ਵਿੱਚ ਆਈ ਦਾਤਾ ਜੀ ਨੂੰ ਮਨ ਦੀ ਗੱਲ ਦੱਸ ਹੀ ਦੇਵਾਂ, ਮਹਾਰਾਜ ਤੁਸੀਂ ਕਿਰਪਾ ਕਰੋ। ਅਤੇ ਸਤਿਗੁਰੂ ਦੱਸਦੇ ਨੇ, ਦਿਨ ਭਰ ਵਿੱਚ ਜਿੰਨੇ ਵੀ ਝੂਠ ਬੋਲੇ ਸ਼ਾਮ ਨੂੰ ਲਿਖ ਲਿਆ ਕਰ, ਜਿੱਦਣ ਫਿਰ ਮਹੀਨੇ ਬਾਅਦ ਸੰਗਰਾਂਦ ਨੂੰ ਤੂੰ ਆਵੇਂ, ਜਿੰਨੇ ਵੀ ਝੂਠ ਮਹੀਨੇ ਵਿੱਚ ਬੋਲੇ ਨੇ ਨਾ, ਸਾਰੇ ਸੰਗਤ ਵਿੱਚ ਖਲੋ ਕੇ ਸੁਣਾ ਦਿਆ ਕਰ। ਗੁਰੂ ਦੇ ਸਿੱਖ ਨੇ ਬਚਨ ਪੱਲੇ ਬੰਨੇ, ਹੁਣ ਸਵੇਰ ਤੋਂ ਸ਼ਾਮ ਤੱਕ ਜਿੰਨੇ ਝੂਠ ਬੋਲਦਾ ਏ ਨਾ, ਸ਼ਾਮੀ ਲਿਖ ਲੈਂਦਾ ਹੈ। ਸੰਗਰਾਂਦ ਆਈ, ਸਤਿਗੁਰਾਂ ਦੇ ਦਰਬਾਰ ਪੁੱਜਾ, ਸਮਾਪਤੀ ਤੋਂ ਬਾਅਦ ਉੱਠ ਕੇ ਖਲੋ ਗਿਆ ਏ। ਜਿੰਨੇ ਝੂਠ ਬੋਲੇ ਨੇ ਨਾ ਮਹੀਨੇ ਦੇ ਵਿੱਚ, ਇਹਨੇ ਸਾਰੇ ਸੁਣਾ ਦਿੱਤੇ ਨੇ, ਸੁਣਾ ਤੇ ਦਿੱਤੇ ਨੇ, ਪਰ ਮਨ ਨੂੰ ਸ਼ਰਮ ਬੜੀ ਆਈ। ਮਨਾ ਲੋਕ ਕੀ ਕਹਿਣਗੇ, ਇਹ ਏਡਾ ਝੂਠਾ ਹੈ। ਕੁੱਟ ਕੁੱਟ ਮਨ ਕਸਵੱਟੀ ਲਾਈਏ। ਸਤਿਗੁਰੂ ਕਹਿੰਦੇ ਨੇ ਨਾ, ਜਿੰਨਾ ਚਿਰ ਇਸ ਮਨ ਨੂੰ ਕੁੱਟ ਨਹੀਂ ਨਾ ਪੈਂਦੀ, ਮਾਰ ਨਹੀਂ ਪੈਂਦੀ, ਕਿੱਥੇ ਸੱਚ ਬੋਲਦਾ ਹੈ। ਸ਼ਰਮ ਬੜੀ ਆਈ। ਹੁਣ ਦਿਨ ਚੜ੍ਹਦਾ ਏ ਤੇ ਸੋਚਦਾ ਰਹਿੰਦਾ ਏ, ਮਨਾ ਝੂਠ ਨਹੀਂ ਬੋਲਣਾ, ਸ਼ਾਮ ਨੂੰ ਲਿਖਣਾ ਪੈਣਾ ਹੈ। ਬਸ ਇਹੋ ਜਿਹੀ ਕਿਰਪਾ ਹੋਈ, ਝੂਠ ਬੋਲਣਾ ਛੱਡ ਦਿੱਤਾ ਹੈ। ਜਿਸ ਫੈਸਲੇ 'ਤੇ ਵੀ ਜਾ ਕੇ ਖਲੋਂਦਾ ਏ, ਜਿਹੜੇ ਫੈਸਲੇ ਕਈ ਕਈ ਦਿਨ ਨਹੀਂ ਸਨ ਹੁੰਦੇ, ਇਹਦੇ ਅੱਧੇ ਬੋਲ ਨਾਲ ਹੋ ਜਾਂਦੇ ਨੇ। ਹਾਂ ਪਿਆਰਿਓ, ਜਿਹੜਾ ਸੱਚ ਬੋਲਦਾ ਏ, ਨਿਰੰਕਾਰ ਉਹਦੀ ਰਸਨਾ 'ਤੇ ਵੱਸਦਾ ਹੈ, ਕਿਉਂ ਨਾ ਫੈਸਲੇ ਹੋ। ਜਿੱਥੇ ਜਾ ਕੇ ਖਲੋਂਦਾ ਏ, ਲੋਕੀ ਇਹਦੀ ਗੱਲ ਦਾ ਵਿਸ਼ਵਾਸ ਕਰਦੇ ਨੇ ਵੀ ਇਹ ਝੂਠ ਨਹੀਂ ਬੋਲ ਸਕਦਾ, ਝੂਠ ਬੋਲਣਾ ਛੱਡ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਪਿਆਰੇ ਬੋਲ ਨੇ, ਸੱਚ ਬਰਤ ਸੰਤੋਖ ਤੀਰਥ, ਗਿਆਨ ਧਿਆਨ ਇਸ਼ਨਾਨ। ਅੱਜ ਅਸੀਂ ਬਰਤ ਰੱਖਦੇ ਹਾਂ ਵੀ ਮੈਂ ਪ੍ਰਸ਼ਾਦਾ ਕੋਈ ਨਹੀਂ ਛਕਣਾ, ਬਰਤ ਰੱਖਿਆ ਹੈ, ਸਤਿਗੁਰੂ ਕਹਿੰਦੇ ਨੇ ਮੁਬਾਰਕ ਹੈ। ਪਰ ਮੇਰੀ ਗੱਲ ਮੰਨ, ਜੇ ਬਰਤ ਰੱਖਣਾ ਏ ਤੇ ਇਹ ਰੱਖਿਆ ਕਰ ਬਈ ਅੱਜ ਮੈਂ ਝੂਠ ਨਹੀਂ ਬੋਲਣਾ। ਪਰ ਬੜਾ ਔਖਾ ਹੈ, ਪ੍ਰਸ਼ਾਦੇ ਬਗੈਰ ਅਸੀਂ ਰਹਿ ਸਕਦੇ ਹਾਂ, ਝੂਠ ਬੋਲਣ ਬਗੈਰ ਅਸੀਂ ਕਿੱਥੇ ਰਹਿ ਸਕਦੇ ਹਾਂ। ਝੂਠ ਬੋਲਣ ਬਗੈਰ ਰਿਹਾ ਨਹੀਂ ਜਾਂਦਾ। ਇੰਜ ਕਹਿ ਲਈਏ, ਅਸੀਂ ਤੇ ਇਹ ਬਰਤ ਰੱਖ ਲਿਆ ਏ, ਸੱਚ ਬੋਲਣਾ ਹੀ ਕੋਈ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਜੀ ਫਿਰ ਕੀ ਕਹਿੰਦੇ ਨੇ, ਕਹਿੰਦੇ ਨੇ ਪਿੰਜਰ ਪੰਖੀ ਬਾਂਧਿਆ ਕੋਏ, ਸ਼ੇਰੀ ਭਰਮੇ ਮੁਕਤ ਨਾ ਹੋਏ। ਝੂਠ ਬੋਲਣ ਵਾਲਾ ਮਨੁੱਖ ਕਿਵੇਂ, ਜਿਵੇਂ ਪਿੰਜਰੇ ਵਿੱਚ ਬੰਦ ਕੋਈ ਪੰਛੀ ਹੋਵੇ। ਝੂਠ ਬੋਲਿਆ ਏ, ਚਾਰ ਮਿੱਤਰਾਂ ਦੇ ਵਿੱਚ ਸਿਰ ਚੁੱਕ ਕੇ ਗੱਲ ਨਹੀਂ ਕਰ ਸਕਦਾ, ਪਤਾ ਏ ਕਿਤੇ ਸੱਚੀ ਗੱਲ ਨਿਕਲੀ ਨਾ ਆਵੇ। ਝੂਠ ਬੋਲ ਕੇ ਜਦੋਂ ਸੱਚ ਨਿਕਲਦਾ ਏ, ਕਈ ਵਾਰ ਸ਼ਰਮਿੰਦਾ ਹੋ ਜਾਂਦਾ ਹੈ, ਪਰ ਫਿਰ ਝੂਠ ਬੋਲਦਾ ਹੈ। ਕਿਸੇ ਵਿਦਵਾਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ, ਪਿੰਜਰ ਪੰਖੀ ਬਾਂਧਿਆ ਕੋ। ਇੱਕ ਅਮੀਰ ਬੰਦਾ ਜਿਹਦਾ ਕਾਰੋਬਾਰ ਖਲੋਤਾ ਹੀ ਝੂਠ ਤੇ ਹੈ, ਮਿਲਣ ਗਿਲਣ ਵਾਲਿਆਂ ਤੋਂ ਬੜਾ ਤੰਗ ਰਹਿੰਦਾ ਸੀ। ਜਿਹਦੇ ਕੋਲੋਂ ਚਾਰ ਪੈਸੇ ਦਾ ਫਾਇਦਾ ਏ ਉਹਨੂੰ ਮਿਲਦਾ ਏ, ਜਿਹਦੇ ਦੇਣੇ ਨੇ ਉਹਨੂੰ ਕੋਈ ਨਹੀਂ ਮਿਲਦਾ। ਇਹਨੇ ਕੀ ਕੀਤਾ ਹੈ?
एक तोता रखिया है, उन्हों पिंजरे विच बंद करके बाहरले दरवाजे ते लटकाया होया है। ते तोते नू की सिखाया है, जदों कोई आवाजा देंदा है आके सेठ जी घर ने, ते तोता बाहरों ही कह देंदा है सेठ जी घर कोई नहीं। झूठ सिखाया होया है। पर प्यारियो, आज ते साइंस तरक्की कर गई है, आज तोतियां दी कित्थे लोड़ है। कैमरा लगा होया है, जिहदे कोलों फायदा है उन्हों मिल लैंदा है, ते नहीं ते कह देंदा है घर कोई नहीं, दुकान ते ही है नहीं। ज्यों ज्यों साइंस तरक्की कर गई है, ते सतसंगीओ असी झूठ बोलन विच भी तरक्की कर गई है। नाल दे कमरे विच बैठा मोबाइल फोन ते कह देंदा है मैं ते बहुत दूर बैठा है। झूठ ने भी बड़ी तरक्की कर ली है। अज असी जिउंदे ही झूठ ते हाँ, ते ताइयों दुनिया विच कलेश लड़ाइयां झगड़े। तोता कह देंदा है सेठ दी घर कोई नहीं। एक दिन गली दे विचों कोई फकीर लंघे आए, की आवाजा देंदा जांदा है, झूठ बंधन है सच आजादी है, झूठ बंधन है झूठ फाहे है सच आजादी है। ते जदों तोते ने सुनिया ना, उन्हों खुली हवा दियां उडारियां याद आ गईयां। कदी इस डाली ते बहिंदा सी, कदी उस डाली ते बहिंदा सी, कदी कोई फल मर्जी दी खुराक खांदा सी। अज मैं पिंजरे च बंद हाँ, ते सारा दिन झूठ बोलदा हाँ। क्यों ना झूठ बोलना छड दईए। किसी ने आवाजा दिता सेठ जी घर ने, ते तोता कहिंदा ए घरे ही बैठे ने, मैं क्यों झूठ बोला, घरे ही बैठे ने। एक दिन लंघिया, दो दिन लंघे, सेठ बड़ा तंग होया, तोता ते कमला हो गया, मेरे काम का कोई नहीं रहा। पिंजरे का दरवाजा खोलिया, कहिंदा ए जा उड़ जा, तू मेरे काम का नहीं रहा। तोते ने हवा दे विच उडारी मारी, ते की कहिंदा ए दुनिया वाले, ओ सच्ची झूठ बंधन है सच आजादी, ये सच ही बोलिया करो। तोता खुली हवा विच उडारियां मारदा है, तिसने देखिया है। प्यारियो, ये जानवरां दियां उदाहरणां ये ते सतगुरां ने सानू समझाउण वास्ते ही दित्तियां ने। शायद तोता ते समझ गया, जानवर किते समझ गया, असी समझे ही कोई नहीं। सतगुरां दी गल मन लईए, ते झूठ बोलना छड दईए। ये जिहड़ियां असी झूठ बोल बोल के मित्रां रिश्तेदारां नाल गंढां पाईयां ने ना, ये गंढां टुट जाणगीआं। ये जिहड़ी असी कुटन दी जिंदगी जीउंदे हां ना, दिने झूठ बोल के ठग लैंदे हां, रात नूं नींदरे ही नहीं पैंदी भी मैं गरीब नूं फलाने नूं ठग लिया झूठ बोल के। गुरु घर बैठा भी झूरदा रहिंदा है, महाराज माफ कर दई झूठ बोल के फलाने नूं ठग बैठा। ते प्यारियो, गुरु दी गल मन लईए, झूठ बोलना छड ही दईए। बड़े प्यारे बचन ने, मन झूठे तन झूठ है, जेवा झूठी होए मुख झूठे झूठ बोलना क्यों कर सच्चा होए। जदों तू मूँह चो झूठ बोलदा है ना, तेरा मन भी झूठा हो जाता है, तेरा तन भी झूठा हो जाता है। ते झूठे बंदे मेरे सतगुरु जी नूं चंगे नहीं लगते। मुख झूठे झूठ बोलना क्यों कर सुच्चा होए, मुख झूठे झूठ बोलना क्यों कर सुच्चा होए, क्यों कर सुच्चा होए, क्यों कर सुच्चा होए, मुख झूठे झूठ बोलना क्यों कर सच्चा हो।
मन झूठे तन झूठ है जेबा झूठी होए मन झूठे तन झूठ है जेबा झूठी होए क्यों कर सुच्चा सुच्चा होए मुख झूठे झूठ बोलना क्यों कर सुच्चा होए मुख झूठे झूठ बोलना क्यों कर सुच्चा शब्द ना मान दिए सच ते सच होए बिन अब शब्द ना मान दिए सच ते सच होए क्यों कर सुच्चा होए क्यों कर सुच्चा झूठे झूठ बोलना क्यों कर सच्चा होए मुंदे गुण ही सात शब्द सुख ने सात शब्द सुख ने मुख झूठे झूठ बोलना क्यों कर सच्चा होए शब्द ना मान दिए सच ते सच होए बिन अब शब्द ना मान दिए सच ते सच होए क्यों कर सुच्चा होए क्यों कर सुच्चा झूठे झूठ बोलना क्यों कर सच्चा होए बाबा नानक जी मोदी खाने तो बेले होके अपने घर नूं जा रहे ने रस्ते विच की तकदे ने एक मौलवी मस्जिद दे बाहर खलोता कुड़ते दा पल्लू तोड़े है महाराज पुछदे ने मौलवी दी ये की कर रहे हो कहंदा है कुड़ता मैला हो गया सी जूठे कपड़ियां नाल कीती नवाज अल्लाह ताला नहीं कबूल दे मैं सोचिया भी ओ जाने कुड़ता सुचा कर लवां सतगुरु कहन लगे मौलवी दी ए ते ठीक है झूठे वस्त्रां नाल कीती नवाज अल्लाह ताला नहीं कबूल दे पर एक गल दसो
झूठे मन दे नाल कीती हुई नवाज अल्लाह ताला किवें कबूल लवेगा। हां प्यारे हो, ਇਹ ਤੇ ਹੋ ਸਕਦਾ ਏ ਵਸਤਰਾਂ ਦੀ ਮੈਲ ਤਨ ਦੀ ਮੈਲ ਪਰਵਾਣੀ ਜਾਵੇ, ਪਰ ਮਨ ਦੀ ਮੈਲ, ਮਨ ਜੂਠੇ ਬੰਦੇ ਮੇਰੇ ਮਹਾਰਾਜ ਜੀ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੇ। ਮਨ ਦੀ ਮੈਲ ਨਹੀਂ ਪਰਵਾਣੀ ਜਾਂਦੀ। ਅਸੀਂ ਵੀ ਗੁਰੂ ਘਰ ਜਾਂਦੇ ਹਾਂ, ਵਸਤਰ ਸੁੱਚੇ ਪਾਉਂਦੇ ਹਾਂ, ਗੁਰੂ ਦੇ ਦਰਸ਼ਨਾਂ ਤੋਂ ਪਹਿਲਾਂ ਗੁਰੂ ਘਰ ਜਾ ਕੇ ਹੱਥ ਪੈਰ ਵੀ ਧੋਂਦੇ ਹਨ, ਅਤੇ ਜਦੋਂ ਅੰਦਰ ਜਾਂਦੇ ਹਨ ਤਾਂ ਸਤਿਗੁਰੂ ਆਵਾਜ਼ਾਂ ਦਿੰਦੇ ਨੇ, ਕਹਿੰਦੇ ਨੇ ਓਏ ਗੁਰਸਿੱਖਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਈ, ਤਨ ਧੋ ਨਾਲ ਕੋਈ ਗੱਲ ਨਹੀਂ ਬਣਦੀ। ਅਤੇ ਅਸੀਂ ਸੁਣਦੇ ਵੀ ਹਾਂ, ਮੰਨਦੇ ਵੀ ਕੋਈ ਨਹੀਂ, ਵੀ ਸਾਨੂੰ ਥੋੜ੍ਹੀ ਕਹਿ ਰਹੇ, ਕਹਿ ਤੇ ਸਤਿਗੁਰੂ ਸਾਨੂੰ ਹੀ ਰਹੇ ਨੇ। ਤੂੰ ਦਿਨ ਭਰ ਝੂਠ ਬੋਲ ਬੋਲ ਕੇ ਮਨ ਮੈਲਾ ਕਰ ਲਿਆ ਏ, ਮਨ ਨੂੰ ਵੀ ਧੋ ਲੈ। ਬਈ ਮਨ ਕਿਵੇਂ ਧੋਈਏ? ਵਸਤਰ ਮੈਲੇ ਹੋ ਗਏ, ਸਾਬਣ ਨਾਲ ਧੋ ਲਈਦੇ ਨੇ। ਸਤਿਗੁਰੂ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋ ਪੈ ਨਾਵੇ ਕੇ ਰੰਗ। ਮਨ ਮੈਲਾ ਹੋ ਗਿਆ ਏ, ਉਹ ਜਾਣੇ ਗੁਰੂ ਕਿਰਪਾ ਕਰ ਦਏਗਾ, ਅਜੇ ਵੀ ਕੁਝ ਨਹੀਂ ਵਿਗੜਿਆ। ਆ ਭਾਈ ਨੰਦ ਲਾਲ ਜੀ ਕਹਿੰਦੇ ਨੇ ਨਾ, ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਪਿੱਛੇ ਜਿਹੜੀ ਬੀਤ ਗਈ ਏ, ਅੱਗਾ ਸਮਝ ਕੇ ਚੱਲ। ਸਤਿਗੁਰੂ ਦੇ ਬਚਨ ਮੰਨ, ਝੂਠ ਨਾ ਬੋਲਿਆ ਕਰ। ਪਿਆਰਿਓ, ਇਤਿਹਾਸ ਵੱਲ ਜਦੋਂ ਝਾਤ ਮਾਰਦੇ ਹਨ ਤੇ ਕੀ ਸੋਚੀਦਾ ਹੈ? ਮਹਾਰਾਜ, ਤੁਸੀਂ ਸੱਜਣ ਠੱਗ ਨੂੰ ਇੱਕੋ ਹੀ ਸ਼ਬਦ ਸੁਣਾਇਆ ਸੀ ਵੀ ਝੂਠ ਨਹੀਂ ਬੋਲਣਾ, ਤੇ ਇੱਕ ਸ਼ਬਦ ਨਾਲ ਹੀ ਠੱਗ ਸੱਜਣ ਬਣ ਗਿਆ। ਭੂਮੀ ਚੋਰ ਨੂੰ ਇੱਕੋ ਹੀ ਗੱਲ ਆਖੀ ਸੀ ਵੀ ਗੱਲ ਸੱਚ ਤੇ ਰੱਖ। ਪਿਆਰਿਓ, ਇੱਕੋ ਸ਼ਬਦ ਨੇ ਚੋਰ ਨੂੰ ਸਾਧ ਕਰ ਦਿੱਤਾ, ਚੋਰੀਆਂ ਛੱਡ ਗਿਆ, ਝੂਠ ਛੱਡ ਗਿਆ। ਅੱਜ ਸਾਨੂੰ ਕਿੰਨਾ ਕਿੰਨਾ ਜੀਵਨ ਬਾਣੀ ਪੜ੍ਹਦਿਆਂ ਹੋ ਗਿਆ ਏ, ਸਤਿਗੁਰੂ ਜੀ ਸਾਡੇ 'ਤੇ ਕਿਉਂ ਨਹੀਂ ਬਖਸ਼ਿਆ ਹੁੰਦੀਆਂ? ਸ਼ਾਇਦ ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ, ਗੁਰੂ ਦੀ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਸਾਰੇ ਕਹਿੰਦੇ, ਹਰ ਇੱਕ ਸਿੱਖ ਕਹਿੰਦਾ ਹੈ, ਪਰ ਗੁਰੂ ਜੋ ਕਹਿੰਦਾ ਹੈ ਨਾ। ਸਤਿਗੁਰੂ ਕਹਿੰਦੇ ਝੂਠ ਨਾ ਬੋਲਿਆ ਕਰ, ਤੇ ਅਸੀਂ ਝੂਠ ਫਿਰ ਵੀ ਬੋਲਦੇ। ਜੇ ਜੀਵਨ ਉੱਚਾ ਤੇ ਸੁੱਚਾ ਅਸੀਂ ਬਣਾਉਣਾ ਹੈ, ਸਾਨੂੰ ਸਤਿਗੁਰਾਂ ਦੀ ਗੱਲ ਮੰਨਣੀ ਪਵੇਗੀ। ਪਿਆਰਿਓ, ਇਹ ਸਿੱਖੀ ਦੇ ਮੁੱਢਲੇ ਸਿਧਾਂਤ ਨੇ, ਇਹ ਸਿੱਖੀ ਦਾ ਮੁੱਢ ਹੈ। ਜੇ ਅਸੀਂ ਸਿੱਖੀ ਨੂੰ ਚਮਕਾਉਣਾ ਹੈ ਕਿ ਲੋਕ ਸਿੱਖੀ ਦੀ ਸਿਫਤ ਸਲਾਹ ਕਰਨ, ਲੋਕ ਕਹਿਣ ਇਹ ਗੁਰੂ ਨਾਨਕ ਦਾ ਸਪੁੱਤਰ ਹੈ, ਇਹਦੀਆਂ ਗੱਲਾਂ ਤੋਂ ਪਤਾ ਲੱਗਦਾ ਏ, ਫਿਰ ਤਾਂ ਸਾਨੂੰ ਸੱਚ ਹੀ ਬੋਲਣਾ ਪਵੇਗਾ। ਉਹ ਸੱਚਾ ਏ, ਉਹਨੇ ਸੱਚੇ ਦਿਲ ਵਿੱਚ ਵਸਣਾ ਏ। ਜੇ ਗੁਰੂ ਦੀ ਉਡੀਕ ਵਿੱਚ ਬੈਠਾ ਏ ਤੇ ਝੂਠ ਨਾ ਬੋਲਿਆ ਕਰ। ਮੁੱਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ, ਮੁੱਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ, ਕਿਉਂ ਕਰ ਸੁੱਚਾ ਹੋਏ, ਕਿਉਂ ਕਰ ਸੁੱਚਾ ਹੋਏ, ਮੁੱਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ, ਕਿਉਂ ਕਰ ਸੁੱਚਾ ਹੋਏ, ਕਿਉਂ ਕਰ ਸੁੱਚਾ ਹੋਏ, ਕਿਉਂ ਕਰ ਸੁੱਚਾ